ਝਾਰਖੰਡ ਦੇ ਪਿੰਡ ਵਾਸੀਆਂ ਨੇ ਅਨੀਮੀਆ ਯਾਨੀ ਖੂਨ ਦੀ ਕਮੀ ਨੂੰ ਦੂਰ ਕਰਨ ਦਾ ਢੰਗ ਲੱਭ ਲਿਆ ਹੈ। ਇਹ ਰਸਤਾ ਲੋਹੇ ਦੀ ਕੜਾਈ ਵਿੱਚੋਂ ਹੋ ਕੇ ਲੱਗਦਾ ਹੈ। ਜੀ ਹਾਂ, ਲੋਹੇ ਦੀ ਕੜਾਈ ਦੇ ਕ੍ਰਿਸ਼ਮੇ ਨੂੰ ਸਮਝਣ ਲਈ ਅਸੀਂ ਤੁਹਾਨੂੰ ਰਾਜਧਾਨੀ ਰਾਂਚੀ ਤੋਂ ਲਗਭਗ 70 ਕਿਲੋਮੀਟਰ ਦੂਰ ਆਦਿਵਾਸੀ ਪ੍ਰਮੁੱਖ ਖੁੱਟੀ ਜ਼ਿਲ੍ਹੇ ਦੇ ਤਰੋਪਾ ਵਿਧਾਨ ਸਭਾ ਹਲਕੇ ਦੇ ਕੁਝ ਪਿੰਡਾਂ ਵਿੱਚ ਲੈ ਕੇ ਚੱਲਦੇ ਹਾਂ। ਏਟੀਵੀ ਭਾਰਤ ਦੀ ਟੀਮ ਦੇ ਸਾਹਮਣੇ ਲੋਹੇ ਦੀ ਕੜਾਈ 'ਚ ਪਾਲਕ ਸਾਗ ਲਈ ਬੈਠੀਆਂ ਮਹਿਲਾਵਾਂ ਦੇ ਗਾਣੇ 'ਚੋਂ ਸਮਝ ਆ ਰਿਹਾ ਹੈ ਕਿ ਲੋਹੇ ਦੀ ਕੜਾਈ ਉਹਨਾਂ ਦੀ ਜ਼ਿੰਦਗੀ ਦਾ ਅਣਖਿਣਵਾਂ ਅੰਗ ਬਣ ਗਿਆ ਹੈ। ਹੁਣ ਸਾਡਾ ਸਵਾਲ ਇਹ ਸੀ ਕਿ ਅਨੀਮੀਆ ਵਰਗੀ ਬਿਮਾਰੀ ਤੋਂ ਆਇਰਨ ਲੈਣ ਲਈ ਕੜਾਈ ਦੀ ਕੀ ਭੂਮਿਕਾ ਹੈ। ਇਹਨਾਂ ਭੋਲੀ ਭਾਲੀ ਪੇਂਡੂ ਔਰਤਾਂ ਨੂੰ ਕਿੰਨੇ ਦੱਸਿਆ ਕਿ ਲੋਹੇ ਦੀ ਕੜਾਈ 'ਚ ਭੋਜਨ ਪਕਾਉਣ ਨਾਲ ਇਹਨਾਂ ਦੇ ਸਰੀਰ 'ਚ ਆਇਰਨ ਦੀ ਘਾਟ ਦੂਰ ਹੋ ਸਕਦੀ ਹੈ। ਇਸ ਦਾ ਜਵਾਬ ਦਿੱਤਾ ਬਦਲਾ ਦੀਦੀ ਨੇ। बहुत फायदा है। हम गर्भवती महिला लोग को बताती हूँ कि लोहा के कढ़ाई से साग पका के खाने से आयरन की कमी दूर होती है, और किशोरों लोग को भी बताती हूँ लोहा का कढ़ाई से सब्जी साग भूंजने से अधिक फायदा है। हुन सवाल ये है कि पिंड वासियों दे व्यवहार विच तब्दीली ल्याउन दे इस विचार बारे किसने सुझा दिता। ਇਸ ਦੇ ਜਵਾਬ ਵਿੱਚ ਇੱਕ NGO ਦਾ ਨਾਮ ਸਾਹਮਣੇ ਆਉਂਦਾ ਹੈ। ਨਾਮ ਹੈ TRI, ਭਾਵ ਟ੍ਰਾਂਸਫਰ ਰੂਰਲ ਇੰਡੀਆ। ਸਮੁਦਾਇ ਕੇ ਸੰਗ ਇੱਕ ਚਰਚਾ ਕਰੇ ਕਿ ਕਿਸ ਤਰ੍ਹਾਂ ਕੇ ਬਦਲਾਵ ਕੀ ਅਪੇਕਸ਼ਾ ਰੱਖਤਾ ਹੈ। ਉਨ੍ਹੀਂ ਚਰਚਾਓ ਕੇ ਦੌਰਾਨ ਇੱਕ ਨਿਕਲ ਕੇ ਆਇਆ ਇਹ ਆਈਡੀਆ ਕਿ ਬਦਲਾਵ ਦੀਦੀ, ਅਗਰ ਉਨਮੇ ਸੇ ਕੋਈ ਇੱਕ ਦੀਦੀ ਆਗੇ ਬੜ ਕੇ ਜ਼ਿੰਮੇਦਾਰੀ ਲੇ ਕਿ ਸਮੁਦਾਇ ਮੇਂ ਕਿਸ ਤਰ੍ਹਾਂ ਕਾ ਪਰਿਵਰਤਨ ਚਾਹੀਏ, ਔਰ ਉਸਕੇ ਲਈ ਵੋ ਸੇਵਾ ਭਾਵ ਸੇ ਸਮੁਦਾਇ ਮੇਂ ਉਹ ਜਾਣਕਾਰੀ ਕੋ ਫੈਲਾਨੇ ਮੇਂ ਮਦਦ ਕਰ ਸਕਤੀ ਹੈ, ਤੋ ਬਦਲਾਵ ਦੀਦੀ ਕਾ ਵੋ ਕਾਮ ਕਰਨੇ ਕੇ ਲੀਏ ਅਗਰ ਤਤਪਰ ਹੋਤੀ ਹੈ ਤਾਂ ਹਮ ਲੋਕ ਉਨਕਾ ਸਹਿਯੋਗ ਕਰਨੇ ਕੋ ਤਿਆਰ ਰਹਤੇ ਹੈ। ਇਸ ਸੰਸਥਾ ਨੇ ਪੇਂਡੂ ਔਰਤਾਂ ਦੇ ਵਿਵਹਾਰ ਵਿੱਚ ਤਬਦੀਲੀ ਲਈ ਉਹਨਾਂ ਵਿੱਚੋਂ ਹੀ ਇੱਕ ਜਾਗਰੂਕ ਔਰਤ ਦੀ ਚੋਣ ਕੀਤੀ ਅਤੇ ਉਸ ਦਾ ਨਾਂ ਰੱਖਿਆ ਬਦਲਾ ਦੀਦੀ। ਫਿਰ ਬਦਲਾ ਦੀਦੀ ਦੀ ਇਸ ਪਹਿਲ ਉੱਤੇ ਇਸ ਮੁਹਿੰਮ ਨਾਲ ਵੱਖ ਵੱਖ ਪਿੰਡਾਂ ਦੀਆਂ ਔਰਤਾਂ ਜੁੜਦੀਆਂ ਗਈਆਂ ਤੇ ਇਸ ਤਰ੍ਹਾਂ ਬਣਦਾ ਗਿਆ ਕਾਫਲਾ। तो सबसे शुरुआत में तो हम लोग को बहुत ही दिक्कत परेशानी, क्योंकि गांव देहात पूरा जंगल झाड़ हर एक टोला टोला घुस के हम लोग को बदलाव दीदी का सिलेक्शन करना था। हमारे पास लगभग 150 से ऊपर है बदलाव दीदी, और अभी भी बहुत सारी दीदी एक्टिव हैं। बहुत सारी दीदी तो अभी कुछ कारणवश ड्रॉप आउट भी हो चुकी हैं, लेकिन बहुत सारी दीदी हमारे साथ अभी भी काम कर रही हैं। ਉਨੇ ਔਰਤਾਂ ਵੱਖ ਵੱਖ ਪਿੰਡਾਂ ਵਿੱਚ ਘੁੰਮਦੀਆਂ ਹਨ ਤੇ ਪੇਂਡੂ ਔਰਤਾਂ ਨੂੰ ਸਮਝਾਉਂਦੀਆਂ ਹਨ ਕਿ ਅਨੀਮੀਆ ਵਰਗੀ ਬਿਮਾਰੀ ਕਿਉਂ ਹੁੰਦੀ ਹੈ, ਇਸ ਬਿਮਾਰੀ ਨਾਲ ਕਿਸ ਕਿਸਮ ਦਾ ਨੁਕਸਾਨ ਹੁੰਦਾ ਹੈ, ਆਇਰਨ ਦੀ ਕੜਾਈ ਵਿੱਚ ਸਬਜ਼ੀਆਂ ਬਣਾ ਕੇ ਸਰੀਰ ਵਿੱਚ ਆਇਰਨ ਦੀ ਘਾਟ ਨੂੰ ਕਿਵੇਂ ਬਹੁਤ ਹੱਦ ਤੱਕ ਦੂਰ ਕੀਤਾ ਜਾ ਸਕਦਾ ਹੈ। ਲੋਹੇ ਕੀ ਕੜਾਈ ਮੈਂ ਪਕਾਨੇ ਖਾਨੇ ਕੇ ਲਈ ਸ਼ੁਰੂ ਕਰ ਦੀ ਹੈ, ਔਰ ਅਭੀ बच्चे सब भी स्वस्थ हैं और हम लोग भी स्वस्थ हैं। एनीमिया, जिसको कि आम बोलचाल की भाषा में खून की कमी कहते हैं, ये हीमोग्लोबिन जब कम आता है, एक हीमोग्लोबिन की जांच कराते हैं हम लोग, और हीमोग्लोबिन कम हो जाता है तब इसको एनीमिया कहते हैं। खान पान में अगर आयरन और प्रोटीन की कमी है तो एनीमिया होता है। पेशेंट को कमजोरी लगती है, थकान लगता है, और ज़्यादा जब बढ़ता है एनीमिया तो चक्कर आने लगता है और आँख से धुंधला दिखाई पड़ता है, पेशेंट गिर सकता है, बेहोश हो सकता है। ऐसी हालत में एडमिट करके हम लोग को फिर ट्रीटमेंट करना होता है, और इसके बचाव के लिए जो आयरन से आयरन युक्त भोजन है उसको करना चाहिए, जैसे साग हुआ। अनीमिया नाल पीड़ित तरोपा पिंड दियां बहुत सारियां औरतां ने लोहे दी कढ़ाई नूं अपनी जिंदगी दा इक अनखिणवा अंग बना लिया है। ਕੁਝ ਸਮਾਂ ਪਹਿਲਾਂ ਤੱਕ ਇਹ ਔਰਤਾਂ ਐਲੂਮੀਨੀਅਮ ਜਾਂ ਮਿੱਟੀ ਦੇ ਘੜੇ ਵਿੱਚ ਹੀ ਭੋਜਨ ਪਕਾਉਂਦੀਆਂ ਸਨ। ਹੁਣ ਉਹਨਾਂ ਨੂੰ ਸਮਝ 'ਚ ਆ ਗਿਆ ਹੈ ਕਿ ਪਾਲਕ 'ਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ। ਹੁਣ ਇਹ ਔਰਤਾਂ ਸਮਝ ਗਈਆਂ ਹਨ ਕਿ ਇੱਕ ਲੋਹੇ ਦੀ ਕੜਾਈ ਵਿੱਚ ਸਬਜ਼ੀਆਂ ਬਣਾਉਣ ਤੋਂ ਬਾਅਦ ਟਮਾਟਰ, ਨਿੰਬੂ ਜਾਂ ਇਮਲੀ ਪਾ ਕੇ ਆਇਰਨ ਦਾ ਖੋਹ ਹੁੰਦਾ ਹੈ ਜੋ ਉਸੀ ਸਬਜ਼ੀ 'ਚ ਖੁਰ ਜਾਂਦਾ ਹੈ ਤੇ ਇਹ ਸਰੀਰ 'ਚ ਜਾ ਕੇ ਅਨੀਮੀਆ ਵਰਗੀ ਬਿਮਾਰੀ ਨਾਲ ਲੜਨ 'ਚ ਮਦਦ ਕਰਦਾ ਹੈ। ਹੁਣ ਇਹਨਾਂ ਪਿੰਡਾਂ ਵਿੱਚ ਇੱਕ ਹੀ ਗਾਣਾ ਗੂੰਜਦਾ ਹੈ, ਲੋਹੇ ਕੀ ਕੜਾਈ ਮੇਂ ਖਾਣਾ ਬਣਾਉਣਾ ਪਰਿਵਾਰ ਮੇਂ ਖੂਨ ਕੀ ਕਮੀ ਕੋ ਦੂਰ ਭਗਾਨਾ। ਕਰ ਕੜਾਈ ਮੇਂ ਸਬਜ਼ੀ ਬਣਾ, ਲੋਹਾ ਕਰ ਕੜਾਈ ਮੇਂ ਸਬਜ਼ੀ ਬਣਾ, ਖੂਨ ਕਰ ਕਮੀ ਕੇ ਦੂਰ। ਬਿਊਰੋ ਰਿਪੋਰਟ, ETV ਭਾਰਤ। ਟੂ ਵਾਚ 24x7 ਨਿਊਜ਼ ਲਾਈਵ, ਡਾਊਨਲੋਡ ETV ਭਾਰਤ ਐਪ।